ਇਸ ਟੂਰਨਾਮੈਂਟ ਦੀ ਜਿੱਤੀ ਉਹਨਾਂ ਦਾ ਇਹ ਸਨਮਾਨ। ਰੋਮੀ ਭਤੇਰਵਾਲਾ ਆਪਣੇ ਹਾਥੀ ਦੇ ਕੋਲ ਪੁੱਜੇ, ਛੋਟੇ ਹਾਥੀ ਕੋਲ ਰੋਮੀ ਭਤੇਰਵਾਲਾ। ਉਧਰ ਪੰਜਾਬ ਦੀਆਂ ਪ੍ਰਸਿੱਧ ਕਲਮਾਂ ਬਾਈ ਮੰਗਲ ਠੂਰ ਬਾਟੀ ਹਿੰਮਤਪੁਰੀ ਜੀ, ਉਹਨਾਂ ਦਾ ਵੱਡਾ ਮਾਣ ਸਨਮਾਨ ਕੀਤਾ ਜਾ ਰਿਹਾ ਸਟੇਜ ਤੋਂ, ਉਹਨਾਂ ਨੂੰ ਮੁਬਾਰਕਬਾਦ ਆ। ਇੱਧਰ ਗਰਾਊਂਡ ਵਿੱਚ ਜੁੜਨਾ ਵੀ ਜ਼ਰੂਰੀ ਆ, ਬੜੇ ਤਕੜੇ ਜਿਹੜੇ ਮੈਚ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਆ। ਦੁਨੀਆ ਦੇ ਚੋਟੀ ਦੇ ਖਿਡਾਰੀ ਬਾਈ ਮਨਦੀਪ USA ਦੇ ਮੋਹ ਭਰੇ ਸੱਦੇ ਦੇ ਅੱਜ ਪੁੱਜੇ ਆ। ਮਹਾਂਪੁਰਸ਼ਾਂ ਦੀ ਪਾਵਨ ਪਿੱਤਰ ਧਰਤੀ ਨੂੰ ਸਜਦਾ ਕਰਨ ਆਏ ਕਈ ਖਿਡਾਰੀ ਜੂਨੀਅਰ ਅਤੇ ਕਈ ਸੀਨੀਅਰ ਵੀ ਆਏ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਓ ਬਿੱਲੋ ਕਹਿੰਦੇ ਉੱਭੋ ਦੇ ਪਿੰਡ ਵਾਲਾ ਕਹਿੰਦੇ ਰਵੀ ਵੀ ਆਏ ਧਰਤੀ ਪਿੰਡ ਆ ਰਵੀ ਦਾ। ਸਰਦਾਰ ਗੁਰਜੀਤ ਸਿੰਘ ਜੀ ਸਨ ਆਫ ਸਰਦਾਰ ਕੇਰ ਸਿੰਘ ਜੀ ਕਾਲਜ ਵਾਲੇ 5500 ਦੇ ਵੱਡੇ ਯੋਗਦਾਨ ਦਿੱਤੇ, ਆਪਾਂ ਉਹਨਾਂ ਦਾ ਮਾਣ ਸਨਮਾਨ ਕਰਾਂਗੇ। ਸਰਦਾਰ ਗੁਰਜੀਤ ਸਿੰਘ ਜੀ ਸਨ ਆਫ ਸਰਦਾਰ ਕੇਰ ਸਿੰਘ ਜੀ ਕਾਲਜ ਵਾਲੇ ਵੱਡੇ ਯੋਗਦਾਨ ਇਸ ਟੂਰਨਾਮੈਂਟ ਲਈ ਦਿੱਤੇ ਹੈ। ਅੱਜ ਉਹਨਾਂ ਦਾ ਮਾਣ ਤੇ ਸਨਮਾਨ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ। ਹੈਲੋ, ਉਧਰ ਧੰਨਵਾਦ ਕਰਦੇ ਹਾਂ ਵਾਹਿਗੁਰੂ ਕੰਪਿਊਟਰ ਵਾਲੇ, ਉਧਰ ਬਾਈ ਪਾਪਾ USA, ਇਹਨਾਂ ਵੀਰਾਂ ਦੇ ਵੀ ਵੱਡੇ ਯੋਗਦਾਨ ਹੈ। ਬਾਈ ਪਾਪਾ USA 5000 ਦਾ ਯੋਗਦਾਨ ਦਿੱਤਾ, ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨਗੇ। ਵਾਹਿਗੁਰੂ ਕੰਪਿਊਟਰ ਵਾਲੇ ਭੋਲੂ ਦਾ 3100 ਦਾ ਯੋਗਦਾਨ ਅੱਜ ਦੇ ਇਸ ਟੂਰਨਾਮੈਂਟ ਦੇ ਲਈ, ਬਹੁਤ ਬਹੁਤ ਧੰਨਵਾਦ ਹੈ ਭੋਲੂ। ਵਾਹਿਗੁਰੂ ਕੰਪਿਊਟਰ ਵਾਲੇ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਪ੍ਰਬੰਧਕਾਂ ਦੇ ਵੱਲੋਂ। ਹਾਂਜੀ, ਕੈਰੀ ਓਨ। ਇੱਧਰ ਸਾਡੇ ਵੀਰ ਜੀ ਬਾਈ ਪਾਪਾ USA ਵੱਡੇ ਯੋਗਦਾਨ ਦਿੱਤੇ ਇਸ ਟੂਰਨਾਮੈਂਟ ਦੇ ਲਈ, ਉਹਨਾਂ ਦਾ ਮਾਣ ਤੇ ਸਨਮਾਨ ਸਾਡੇ ਪ੍ਰਬੰਧਕ ਵੀਰ ਕਰ ਰਹੇ ਹੈ। ਸੱਚੇ ਪਾਤਸ਼ਾਹ ਤਰੱਕੀਆਂ ਬਖਸ਼ੇ, ਲੰਮੀ ਉਮਰ ਬਖਸ਼ੇ ਇਹਨਾਂ ਭਰਾਵਾਂ ਨੂੰ, ਜਿਹੜੇ ਜਿਹੜੇ ਵੀਰਾਂ ਨੇ ਇੱਥੇ ਯੋਗਦਾਨ ਦਿੱਤਾ, ਸਹਿਯੋਗ ਦਿੱਤਾ ਹੈ। ਬੱਚੇ ਦਾ ਯੋਗਦਾਨ ਇੱਕ ਟੂਰਨਾਮੈਂਟ ਦੇ ਲਈ ਹੁੰਦਾ, ਸਾਰੇ ਨਗਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ। NRI ਵੀਰ, ਨਗਰ ਦੇ ਪਛਤੇ ਖਿਡਾਰੀ ਵੀਰ, ਟੀਮਾਂ ਕਬੱਡੀ ਦੇ ਖਿਡਾਰੀ, ਜਿੰਨੇ ਵੀ ਵੀਰਾਂ ਨੇ ਯੋਗਦਾਨ ਦਿੱਤੇ ਹੈ। ਉੱਧਰ ਬਹੁਤ ਵਧੀਆ ਮੈਚ 2 ਨੰਬਰ ਗਰਾਊਂਡ 'ਚ ਖੇਡਿਆ ਜਾ ਰਿਹਾ। ਉੱਗੋ ਕੇ ਵਾਲਾ ਕਹਿੰਦੇ ਪੂਰਾ ਖੁਸ਼ ਆ ਨਾਲ, ਕਹਿੰਦੇ ਫੌਜ ਬੜੀ ਤਕੜੀ ਤਿਆਰ ਕੀਤੀ ਉੱਗੋ ਕੇ ਵਾਲੇ ਨੇ। ਬਹੁਤ ਵਧੀਆ ਮੈਚ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ। ਹੈਲੋ, ਨਾਲ ਹੀ ਬੇਨਤੀ ਹੈ ਸਾਡੇ ਸੇਵਾਦਾਰ ਭਰਾਵਾਂ ਨੂੰ, ਉਹ ਪਾਣੀ ਦੀਆਂ ਜਿਹੜੀਆਂ ਬੋਤਲਾਂ ਸਟੇਜ ਤੇ ਪਹੁੰਚਦੀਆਂ ਕਰਨ, ਸਾਡੇ ਪਤਵੰਤੇ ਸੱਜਣਾਂ ਦੇ ਲਈ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ। ਨਾਲ ਹੀ ਬੇਨਤੀ ਹੈ ਵੀਰੇ, ਜੇਤੂ ਰਾਕੇ ਦਿਲਸ਼ਾਦ ਕਿੰਨੇ ਮੈਚ ਰਹਿ ਗਏ ਆਪਣੇ ਪਹਿਲੇ ਰਾਊਂਡ ਦੇ, ਇਸ਼ਾਰਾ ਕਰਦੇ ਇਸ਼ਾਰਾ ਤਾਈਆਂ ਦਾ ਕਰ ਲਓ ਪ੍ਰੋਗਰਾਮ ਆਪਾਂ। ਬਈ ਮੰਗਲ ਹਥੂਰ ਜੀ, ਉਹਨਾਂ ਨੂੰ ਸਮਾਂ ਦੇਣਾ ਜ਼ਰੂਰ। ਜੱਟੇ ਵੇਖੀ ਕਿੰਨੇ ਕੁ ਮੈਚ ਰਹਿੰਦੇ, ਤਾਈਆਂ ਦਾ ਕਰ ਲਈ ਪ੍ਰਬੰਧ। ਤਲਵੰਡੀ ਦੀ ਟੀਮ ਆਪਣੀ ਗੱਡੀ ਕੋਲ ਚਲੀ ਜਾਵੇ, ਸ਼ਬਾਰੀ ਇੱਕ ਮਿੰਟ, ਤਲਵੰਡੀ ਦੀ ਟੀਮ ਵਾਲਿਆਂ ਨੂੰ ਵੇਚ ਦੇਵੇ ਆਪਣੀ ਗੱਡੀ ਕੋਲ ਚਲੇ ਜਾਣ। ਜਿਹੜੀ ਰੋਡਿਆਂ ਦੀ ਟੀਮ ਖੇਡੀ ਹੈ ਜਮੀਤ ਕਲੱਬ ਰੋਡੇ, ਤੇ ਜੇ ਉਹ ਟੀਮ ਦੂਜਾ ਰਾਊਂਡ ਜਿੱਤਦੀ ਹੈ, ਵਾਹਿਗੁਰੂ ਕੰਪਿਊਟਰ ਵਾਲੇ ਭੋਲੂ ਦੇ ਵੱਲੋਂ 3000 ਦਾ ਸਨਮਾਨ ਹੋਵੇਗਾ। ਜਗਮੀਤ ਕਲੱਬ ਰੋਡਿਆਂ ਦੀ ਟੀਮ ਜੇ ਦੂਜਾ ਰਾਊਂਡ ਜਿੱਤਦੀ ਹੈ। ਹਾਂਜੀ, ਕੈਰੀ ਓਨ ਸ਼ਹਿਬਾਜ਼। ਵਾਕਈ ਬਾਈ ਨੇ ਸਵਾਦ ਵਾਲੀ ਗੱਲ ਕੀਤੀ ਵੀ ਆਪਾਂ 3100 ਹੀ ਦੇ ਦਿਓਗੇ, ਟੀਮ ਜਿੱਤਣੀ ਚਾਹੀਦੀ ਹੈ, ਵੱਡੇ ਮਾਣ ਹੋਣਗੇ ਗਰਾਊਂਡ ਵਿੱਚ। ਕਹਿੰਦੇ ਨਜ਼ਰ ਰਾਸ਼ੀ ਦਿੱਤੀ ਜਾਏ ਮੇਰੇ ਵੀਰੇ, ਜਿਹੜੇ ਸਿਰ ਤੋਂ ਪਾਣੀ ਲੰਘ ਜਾਵੇ ਫਿਰ 10 ਭਲਾ ਕਿੱਥੇ ਸਹਿ ਹੁੰਦੇ, ਜਦੋਂ ਅਣਖ ਜਾਗਦੇ ਬੰਦੇ ਦੀ ਬੰਦਾ ਹੀ ਭੈੜੀ ਸ਼ਹਿ ਹੁੰਦੇ। ਤਰਖਾਣ ਵਾਲਿਆਂ ਗੱਲਾਂ ਦੇ ਨਾਲ ਫਤਿਹ ਕਰਾਈ ਜਾਂਦੀ ਨੀ, ਜਦੋਂ ਯਾਰ ਫਟਦਾ ਯਾਰ ਨੂੰ ਫਿਰ ਜਾਨ ਝਕਾਈ ਜਾਂਦੀ ਨੀ, ਜਦੋਂ ਗਿੱਦੜ ਕਲੋਲਾਂ ਕਰਦੇ ਨੇ ਸ਼ੇਰਾਂ ਦੀਆਂ ਮਾਰਾਂ ਮਾਰਾਂ ਦਾ ਜਾਨ ਅਤੇ ਬੰਦੇ ਵਿੱਚ ਪਾ ਦਿੰਦਾ, ਜਦੋਂ ਲਿਖਦਾ ਪੁੱਤ ਬਰਾੜਾਂ ਦਾ ਜਾਨ ਮਰੇ ਬੰਦੇ ਵਿੱਚ ਪਾ ਦਿੰਦਾ, ਜਦੋਂ ਲਿਖਦਾ ਪੁੱਤ ਬਰਾੜਾਂ ਦਾ। ਹੈਲੋ ਸਖਰਾਜ ਬਾਈ ਜੀ, ਇੱਥੇ ਟਾਈਆਂ ਦੀ ਕਾਰਵਾਈ ਕਰ ਦਿਓ ਬਾਈ ਮੰਗਲ ਜੀ, ਆਪਾਂ ਹੁਣ ਸਮਾਂ ਦੇਣਾ। ਹੈਲੋ ਬਾਈ ਬਿੱਟੂ ਰੋਡੇ ਜੀ, ਬਾਈ ਸਾਡੇ ਪੰਮੇ ਨੂੰ ਮਿਲ ਲੈਣਾ। ਹਾਂ ਬਿੱਟੂ ਰੋਡੇ ਜੀ,
ਲਹੂਤੋਂ ਵੀ ਜੱਸਾ ਕਾਲ ਗਿਆ ਆਇਆ ਮੇਰੇ ਵੀਰ ਨਾਲ ਹੀ ਬੇਨਤੀ ਹੈ ਬਾਈ ਸਾਹਿਬ ਆਰਤੀ ਹੈ ਜੀ ਨਾਲ ਬਾਈ ਭੋਲੂ ਜੀ ਕੰਪਿਊਟਰ ਵਾਲਿਓ ਸਟੇਜ ਤੇ ਆ ਕੇ ਆਪਣੇ ਮਾਨ ਸਨਮਾਨ ਪ੍ਰਾਪਤ ਕਰਨਗੇ ਸਾਡੇ ਆਰਤੀ ਆ ਸਾਹਿਬ ਬਾਈ ਭੋਲੂ ਹੋਣੀ ਮੈਂ ਬੇਨਤੀ ਕਰਦਾ ਸਟੇਜ ਤੇ ਆ ਕੇ ਮਾਨ ਸਨਮਾਨ ਪ੍ਰਾਪਤ ਕਰ ਲੈਣ ਹਲੇ 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 ਹਾਂ ਤਾਂ ਗਰਾਊਂਡ ਦੀ ਗੱਲ ਆ ਜੱਸਾ ਤੇ ਗੁਰਿਆਂਟਾ ਵਰਗੇ ਬਹੁਤ ਵਧੀਆ ਖਿਡਾਰੀ ਖੇਡ ਰਹੇ ਗੁਰਜੀਤ ਵਰਗੇ ਨਾਲ ਹੀ ਬੇਨਤੀ ਹੈ ਕਾਕਾ ਮੈਡੀਕਲ ਸਟੋਰ ਉਹਨਾਂ ਦੇ ਪਰਿਵਾਰ ਦਾ ਜੇ ਕੋਈ ਸਾਡਾ ਵੀਰ ਪਹੁੰਚੇ ਆਪਣੇ ਮਾਨ ਸਨਮਾਨ ਜ਼ਰੂਰ ਪ੍ਰਾਪਤ ਕਰ ਲੈਣ ਸਟੇਜ 'ਤੇ ਆ ਕੇ ਬਈ ਕਾਕਾ ਮੈਡੀਕਲ ਸਟੋਰ ਤਿੰਨ ਨੰਬਰ ਗਰਾਊਂਡ ਦਾ ਮੈਚ ਦੱਸੋ ਜੀ ਅਗਲਾ ਕਿਹੜਾ ਤਿੰਨ ਨੰਬਰ ਗਰਾਊਂਡ ਹੈਲੋ ਹੈਲੋ ਵਿੱਕੀ ਵਿੱਕੀ ਹੈਲੋ ਵਿੱਕੀ ਵਿੱਕੀ ਆਪਣਾ ਨੈਚਰ ਵੈਲਾਂ ਨਾਲ ਕੋਈ ਨੈਚਰ ਵੈਲ ਨੂੰ ਸਨਮਾਨਿਤ ਕਰਦੇ ਜਿਹੜਾ ਕੋਈ ਉਹਨਾਂ ਦਾ ਬੋਲ ਕੇ ਨੈਚਰ ਵੈਲ ਆਪਣੇ ਦੁਕਾਨ ਵਾਲੇ ਕਰਦਾ ਠੀਕ ਮਣੀ ਮੋਟਾ ਹੋ ਮੈਂ ਕੱਲਾ ਹੀ ਲਓ ਦੁਨੀਆਂ ਦੇ ਚੋਟੀ ਦੇ ਖਿਡਾਰੀ ਮੇਰੇ ਵੀਰ ਮੈਦਾਨ ਵਿੱਚ ਖੇਡ ਰਹੇ ਨੱਥੂ ਵਾਲੇ ਦੇ ਪਹਿਲੇ ਨੰਬਰ ਦਾ ਮੈਚ ਦੱਸੋ ਵੀਰੇ ਅਗਲਾ ਕਿਹੜਾ ਤਿੰਨ ਨੰਬਰ ਗਰਾਊਂਡ ਵਿਹਲਾ ਜ਼ਰੂਰ ਬਾਬੇ ਦੱਸਦੇ ਆ ਬਾਉਂਡੀ ਤੇ ਰਾਜਣ ਦੀਆਂ ਟੀਮਾਂ ਆਗਣ ਬਈ ਮੇਰੀ ਬੇਨਤੀ ਹੈ ਬਾਉਂਡੀ ਤੇ ਰਾਜਣ ਆ ਤਿੰਨ ਨੰਬਰ ਗਰਾਊਂਡ ਦੇ ਵਿੱਚ ਮੈਚ ਖੇਡਿਆ ਜਾਣਾ ਹੈ ਉੱਥੇ ਢਿੱਲੋਂ ਸਾਹਿਬ ਵੀ ਆ ਗਏ ਹੈ ਉਹਨਾਂ ਨੇ ਵੀ ਮੈਚ ਲਾਈਵ ਕਰਨਾ ਉੱਥੇ ਪਰ ਸਾਹਿਬ ਪ੍ਰੀਤ ਜਰਗੀ ਜਿੱਥੇ ਲਾਈਵ ਹੋ ਰਿਹਾ ਮੈਚ ਛੋਟੀ ਕਮਾਲੀ ਵਾਲਾ ਦੇ ਆਸ਼ਕ ਪੇਜ ਵਾਲਾ ਵੀ ਸਾਡਾ ਭਰਾ ਹੈ ਤੇ ਢਿੱਲੋਂ ਸਾਹਿਬ ਵੀ ਆ ਗਏ ਅੱਜ ਕਹਿੰਦੇ ਤਿੰਨ ਪੇਜਾਂ ਦੇ ਮੈਚ ਲਾਈਵ ਕੀਤੇ ਜਾਣੇ ਆ ਤਿੰਨ ਨੰਬਰ ਗਰਾਊਂਡ ਤੇ ਜੇਤੂ ਟੀਮ ਦਾ ਇੱਕ ਰੈਫਰੀ ਆਵੇ ਬੇਨਤੀ ਹੈ ਲਾਸਟ ਵਾਰੀ ਤੋਂ ਬਾਅਦ ਕਹਿਣਾ ਨਹੀਂ ਤਿੰਨ ਨੰਬਰ ਕੱਟਣੇ ਆ ਜਿਹੜੀ ਟੀਮ ਜਿੱਤ ਕੇ ਗਈ ਉਹਦਾ ਇੱਕ ਖਿਡਾਰੀ ਆ ਕੇ ਮੈਚ ਕਰਾ ਦੇ ਤਿੰਨ ਨੰਬਰ ਗਰਾਊਂਡ ਤੇ ਹੈਲੋ ਲਗਨੋ ਬਾਕੀ ਸਾਰੀਆਂ ਗੱਲਾਂ ਹੋਊਗਾ ਇੱਕ ਆਪਾਂ ਇਕੱਲੀ ਚੀਜ਼ ਇੱਕ ਨਹੀਂ ਦੱਸੀ ਤੇ ਉਹ ਆਪਾਂ ਕੀ ਨਹੀਂ ਦੱਸੇ ਪੁਆਇੰਟ ਆ ਨਹੀਂ ਬਾਈ ਦੋ ਤੇ ਆਪਾਂ ਇੱਕ ਵਾਰੀ ਜਾਣਕਾਰੀ ਸਾਂਝੀ ਕਰਕੇ ਤੇ ਸ਼ੁਰੂਆਤ ਪੁਆਇੰਟਾਂ ਦੀ ਕਿੰਨੇ ਕਿੰਨੇ ਨੰਬਰਾਂ ਦੋ ਨੰਬਰ ਗਾਉਂਦੇ ਆਪਾਂ ਮੈਡੀਕਲ ਸਟੋਰ ਵਾਲੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਮਾਨ ਤੇ ਸਨਮਾਨ ਕੀਤਾ ਜਾ ਰਿਹਾ ਹੈ ਵੱਡੇ ਯੋਗਦਾਨ ਦਿੱਤੇ ਇਸ ਟੂਰਨਾਮੈਂਟ ਦੇ ਲਈ ਬਾਈ ਕਾਕਾ ਮੈਡੀਕਲ ਸਟੋਰ ਟੀਮਾਂ ਜੇਤੂ ਰੱਖ ਕੇ ਤੀਜੇ ਰਾਊਂਡ ਦੀਆਂ ਹਟਾਈਆਂ ਦੂਜੇ ਰਾਊਂਡ ਦੀਆਂ ਕੱਢਣ ਲੱਗੇ ਆ ਕਿਸੇ ਵੀ ਪਲੇਅਰ ਨੂੰ ਕਿਸੇ ਵੀ ਟੀਮ ਨੂੰ ਕੋਈ ਡਾਊਟ ਹੋਵੇ ਸਾਡੇ ਕੋਲੇ ਆ ਕੇ ਟਾਈਆਂ ਦੇ ਵਿੱਚ ਸਾਡੇ ਕਰ ਸਕਦਾ ਤੇ ਉਹ ਸਰਦਾਰ ਗੁਰਪ੍ਰੀਤ ਸਿੰਘ ਜੀ ਖੋਸਾ ਪ੍ਰੈਜ਼ੀਡੈਂਟ ਪ੍ਰੋਗਰੈਸਿਵ ਵਾਲੀਬਾਲ ਸ਼ੂਟਿੰਗ ਐਸੋਸੀਏਸ਼ਨ ਆਫ ਪੰਜਾਬ ਨਾਲ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਸਾਡੇ ਖਜ਼ਾਨਚੀ ਪਲਸਾਫ ਫੈਡਰੇਸ਼ਨ ਦੇ ਉਹਨਾਂ ਦੇ ਵਿਸ਼ੇਸ਼ ਤੌਰ ਤੇ ਮਾਨ ਤੇ ਸਨਮਾਨ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਹੈ ਲਾਈਵ ਕਰਦੀ ਵੀਰੇ ਟਾਈਆਂ ਦੇ ਸੁਖਿੰਦਰ ਬਾਈ ਜੀ ਟਾਈਆਂ ਕੱਢ ਰਹੇ ਸਾਡੇ ਵੀਰ ਜੇਤੂ ਰੱਖ ਕੇ ਬਾਅਦ ਦੇ ਵਿੱਚ ਕੋਈ ਵੀ ਇਤਰਾਜ਼ ਨਾ ਕਰੇ ਇੱਕ ਇੱਕ ਖਿਡਾਰੀ ਆ ਜੇ ਬੇਨਤੀ ਹੈ ਟਾਈਆਂ ਸਾਡੇ ਵੀਰ ਕੱਢ ਰਹੇ ਹੈ ਇੱਧਰ ਮਾਨ ਤੇ ਸਨਮਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਖੋਸਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਨੱਥੂ ਵਾਲਾ ਗਰਭੀ ਦੋਚੀਆਂ ਤੇ ਸੁੱਚੀਆਂ ਸ਼ਖਸੀਅਤਾਂ ਪ੍ਰੋਗਰੈਸਿਵ ਵਾਲੀਬਾਲ ਸ਼ੂਟਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਮਾਨ ਤੇ ਸਨਮਾਨ ਹੈਲੋ ਲੈ ਵੀ ਹੁਣ ਦੱਸ ਬਾਈ ਕਿਹੜੀ ਜਿੱਤੂ ਆ ਹਾਂ ਕਿਹੜੀ ਜਿੱਤ ਗਈ ਉੱਧਰ ਸਰਦਾਰ ਸਰਬਜੀਤ ਸਿੰਘ ਜੀ ਸੁਸਾਇਟੀ ਵਾਲੇ ਉਹਨਾਂ ਦੇ ਬੇਟੇ ਬਾਈ ਅਮਰਦੀਪ ਸਿੰਘ ਜੀ ਵਾਹਿਗੁਰੂ ਕੰਪਿਊਟਰ ਵਾਲੇ ਉਹਨਾਂ ਦਾ ਮਾਨ ਤੇ ਸਨਮਾਨ ਸਾਡੇ ਵੀਰ ਕਰ ਰਹੇ ਆ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸੱਜਣ ਵੱਡੇ ਯੋਗਦਾਨ ਅੱਜ ਦੇ ਇਸ ਟੂਰਨਾਮੈਂਟ ਦੇ ਲਈ ਹੈ ਵਿਸ਼ੇਸ਼ ਤੌਰ ਤੇ ਮਾਨ ਤੇ ਸਨਮਾਨ ਹੈਲੋ ਆ ਬਾਈ ਲੱਖ ਯਾਰ ਇੱਥੇ ਉੱਗੋ ਕੇ ਜੇਤੂ ਆ ਉੱਗੋ ਕੇ ਜੇਤੂ ਨਹੀਂ ਉਹਦੇ ਤਿੰਨ ਨੰਬਰ ਗਰਾਊਂਡ ਦਾ ਮੈਚ ਕਿਉਂ ਨਹੀਂ ਚੱਲਦਾ ਆ ਦੋ ਚੱਲਦੇ ਆ ਟੀਮਾਂ ਆਉਣ ਜੇ ਦੋ ਦੋ ਤੇ ਉੱਗੋ ਕਹਿੰਦਾ ਰੈਫਰੀ ਲੱਗੇ ਰਵੀ ਉੱਥੇ ਆ ਜਾਏ ਜਿਹੜਾ ਆ ਇੱਥੇ ਰਵੀ ਆ ਗਏ ਨਾਲ ਹੀ ਬੇਨਤੀ ਹੈ ਪ੍ਰਗਟ ਰੋਡੇ ਸਾਡਾ ਬਾਈ ਜਿੱਥੇ ਵਾਸ ਹੁੰਦਾ ਸਟੇਜ ਤੇ ਆਵੇ ਪ੍ਰਗਟ ਹਾਂ ਸਿਆਣਾ ਇਹਨੇ ਆਪੇ ਕਾਬੂ ਬੈਠ ਚੱਕਿਆ ਰਵੀ ਉੱਗੋਗਾ ਵਾਲਾ ਤੇ ਉੱਥੇ ਜਾਣਾ ਜਿੱਥੇ ਉਹਦੇ ਪਾਣੀ ਪੀ ਲਾ ਚਾਹ ਵੀ ਉੱਥੇ ਹੀ ਹੈ ਮੇਰੇ ਸਾਹਿਬ ਵਧੀਆ ਵਧੀਆ ਤੇ ਆ ਜਾਓ ਮੇਰੀ ਬੇਨਤੀ ਆ ਦੋ ਨੰਬਰ ਦੀਆਂ ਟੀਮਾਂ ਤਿੰਨ ਦੇ ਮੈਚ ਸ਼ੁਰੂ ਕਰਾਓ ਤੇ ਦੋ ਦੀਆਂ ਟੀਮਾਂ ਆਉਣ ਦੱਸਿਆ